ਆਲੇ ਇੱਧਰ ਆ ਦੀ ਤੂੰ ਬਣਾ ਵੀਡੀਓ ਆ ਕੇ ਇੱਧਰ ਆਓ ਨਾਲ ਨੂੰ ਬਾਬਾ ਜੀ ਅਰੇ ਵੀਡੀਓ ਬਣਾ ਦਿਆ ਨਾ ਸਾਰਾ ਇੱਧਰ ਸਿਰ ਕੱਟਣਾ ਹੋ ਜਾਵੇ गैप रख के पुछ लिया कर थले पुछ दो पैर शोल्डर चलाया कर नाल हाँ दोनों पैर राइट पैर लेफ्ट पैर बॉल कंट्रोल इनसाइड आउटसाइड स्प्रिंटरी बच्ची तेरी करना रेड मार्कर से स्टॉप करना तो बाकी वॉक करके रिलैक्स दख सदा रखा कर रोज लक चुकाना नहीं है लक सीधा रखना हमेशा इधरों करना स्टार्ट जिधर बॉल आ गए बॉडी सेंटर जब अगे बॉडी सेंटर डिग रही है इनसाइड आउटसाइड अगे बॉडी टेढ़ी होंगी थले डिगदी बॉडी मार्कर बीट करो इनसा सोल इनसाइड सोल इनसाइड दूजा पैर करना आराम ना कर आराम ना रिलैक्स होना उत्थे तक जाते जाते नहीं रिलैक्स तो सह लेना है बॉडी रिलैक्स से काम करना स्टार्ट मार्कर बिच बड़ा कर चेतन मार्शल अकैडमी मुकसा के आए हैं और देखने वास्ते कि बच्चे की प्रैक्टिस चल रही उसे जुडो चल रहे हैं और उसे फुटबॉल की ट्रेन चल रही है सो बहुत वधिया लगा कि यह जी गिरदी यहाँ मेनटेन किया ग्राउंड तो होर असी बड़ा कुछ देखा कि दशमेश मार्शल अकैडमी जी है वो बहुत सारा समान जोड़ा है चल रहा है तो नंबर टू अपने वालों बच्चों की सहयोग दिता जी असं अपने वालों चाहते हैं कि
ਬੱਚਿਆਂ ਨੂੰ ਜਿੰਨੀ ਵੀ ਕੋਈ ਫੈਸਿਲਿਟੀ ਹੋ ਸਕਦੀ ਹੋਵੇ ਕੁਝ ਦੇਵਾਂਗੇ ਅਸੀਂ ਅਸੀਂ ਕੁਛ ਬੈਗ ਲੈ ਕੇ ਆਏ ਕੁਛ ਬੂਟੇ ਲੈ ਕੇ ਆਏ ਕੁਛ ਬੱਚਿਆਂ ਨੂੰ ਅਸੀਂ ਕੋਚ ਸਾਹਿਬ ਕਿਹਾ ਕਿ ਮੈਡਮ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਦੇ ਸ਼ੂਜ ਦੇ ਨੰਬਰ ਔਰ ਜਰਸੀ ਦੇ ਨੰਬਰ ਲੈ ਕੇ ਆਓ ਤਾਂ ਕਿ ਅਸੀਂ ਬੱਚਿਆਂ ਨੂੰ ਦੇ ਸਕੀਏ ਚਾਹੁੰਦੇ ਹਾਂ ਕਿ ਇਹ ਜਿਹੜੀ ਮਾਰਸ਼ਲ ਅਕੈਡਮੀ ਹੈ ਇਹਦੇ ਵਿੱਚ ਬੱਚੇ ਸਿੱਖ ਕੇ ਵੱਡੇ ਵੱਡੇ ਅਹੁਦੇ 'ਤੇ ਪਹੁੰਚਣ ਵੱਡੇ ਵੱਡੇ ਅਧਿਕਾਰੀ ਬਣਨ ਤਾਂ ਕਿ ਇਹਦਾ ਨਾਂ ਦੇਸ਼ ਅਕੈਡਮੀ ਦਾ ਮਾਰਸ਼ਲ ਅਕੈਡਮੀ ਦਾ ਨਾਂ ਹੋਰ ਜੀ ਬਹੁਤ ਇਹਨਾਂ ਦਾ ਧੰਨਵਾਦੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਅੱਗੇ ਵੀ ਸਾਡੀ ਅਕੈਡਮੀ ਆਉਂਦੇ ਰਹਿੰਦੇ ਨੇ ਬੜਾ ਗੇਮਾਂ ਨਾਲ ਪਿਆਰ ਖੇਡਾਂ ਨਾਲ ਪਿਆਰ ਕਰਦੇ ਨੇ ਅਤੇ ਅੱਜ ਆਏ ਨੇ ਬੱਚਿਆਂ ਨੂੰ ਬੜਾ ਮੋਟੀਵੇਟ ਕੀਤਾ ਇਹਨਾਂ ਨੇ ਇਹਨਾਂ ਨੇ ਆਪਣੇ ਵੱਲੋਂ ਜਿੰਨੀ ਹੋ ਸਕੀ ਸੇਵਾ ਵੀ ਕੀਤੀ ਬੱਚਿਆਂ ਲਈ ਅਤੇ ਅਸੀਂ ਬਹੁਤ ਖੁਸ਼ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਆਸ ਪੜੋਸ ਦੇ ਜਿਹੜੇ ਆਪਣੇ ਅਨੰਦਪੁਰ ਸਾਹਿਬ ਦੇ ਇਲਾਕਾ ਨਿਵਾਸੀ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਚਲੋ ਜਿੱਦਾਂ ਇਹ ਉਪਰਾਲਾ ਕਰ ਰਹੇ ਨੇ ਉਹ ਬੱਚਿਆਂ ਨੂੰ ਇੱਥੇ ਜੋੜਨ ਵੀ ਖੇਡਾਂ ਦੇ ਨਾਲ ਅਤੇ ਇੰਨਾ ਜਿੱਦਾਂ ਉਪਰਾਲਾ ਕੀਤਾ ਕਿਉਂਕਿ ਜਿਹੜੇ ਸਪੋਰਟਸ ਕਰਦੇ ਨੇ ਬੱਚੇ ਉਹ ਆਮ ਘਰਾਂ ਦੇ ਬੱਚੇ ਨੇ ਸਾਰੇ ਕੋਈ ਜਾਣੀ ਕਿ ਜ਼ਿਆਦਾ ਤਕੜੇ ਘਰਾਂ ਦੇ ਜਿਹੜੇ ਅਤੇ ਉਹਨਾਂ ਨੂੰ ਇਹ ਆ ਕਿ ਜਿੰਨਾ ਐਕਸਪੋਜ਼ਰ ਮਿਲੂਗਾ ਕੁਛ ਹੈਲਪ ਹੋ ਜੂਗੀ ਉਹਨਾਂ ਦੀ ਜਿੱਦਾਂ ਇਹਨਾਂ ਨੇ ਸ਼ੂਜ਼ ਦਿੱਤੇ ਨੇ ਬੱਚਿਆਂ ਨੂੰ ਅਤੇ ਖਾਣ ਨੂੰ ਡਾਇਟ ਕੇਲੇ ਦੇ ਗਏ ਨੇ ਇਹ ਸਭ ਤੋਂ ਜ਼ਰੂਰੀ ਇੱਕ ਪਲੇਅਰ ਲਈ ਇੱਕ ਚੀਜ਼ ਹੁੰਦੀ ਹੈ ਉਹਦੇ ਪੈਰਾਂ 'ਚ ਬੂਟ ਆ ਗਿਆ ਜੀ ਠੀਕ ਹੈ ਕੱਪੜਾ ਉੱਤੇ ਆ ਗਿਆ ਉਹਨਾਂ ਨੂੰ ਮੋਟੀਵੇਸ਼ਨ ਬਹੁਤ ਹੁੰਦੀ ਹੈ ਸਾਨੂੰ ਨਵੀਂ ਚੀਜ਼ ਮਿਲੀ ਆ ਕੁਛ ਅਤੇ ਇਸ ਕਰਕੇ ਬਹੁਤ ਧੰਨਵਾਦੀ ਇਹਨਾਂ ਦੇ ਅਤੇ ਜਿਹੜੇ ਇਲਾਕਾ ਨਿਵਾਸੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇੱਦਾਂ ਹੀ ਖੇਡਾਂ ਨਾਲ ਜੋੜਨ ਅਤੇ ਜੇ ਖੇਡ ਨਾਲ ਜੋੜ ਕੇ ਜੇ ਜ਼ਿਆਦਾ ਪਲੇਅਰ ਨਾ ਵਧੇ ਬਣੇ ਫਿਜ਼ੀਕਲੀ ਤਾਂ ਆਪਾਂ ਤਕੜੇ ਹੋਵਾਂਗੇ ਨਾ ਸਰੀਰ ਜਿਹੜਾ ਸਾਰੀ ਉਮਰ ਕੰਮ ਆਉਣਾ ਆ ਅਤੇ ਅਸੀਂ ਤਾਂ ਇਹ ਜਿਹੜੀ ਅਨੰਦਪੁਰ ਇਲਾਕੇ ਦੇ ਜਿਹੜੀ ਘਰ 'ਚ ਗੰਗਾ ਆ ਇਹ ਜਿਹੜੀ ਅਕੈਡਮੀ ਆ ਜੇ ਇਹਦੇ 'ਚ ਨਾ ਨਹਾਤਾ ਤਾਂ ਫਿਰ ਫਾਇਦਾ ਕੀ ਆ ਮੈਂ ਦੇਖ ਲਊਂ ਬਾਈ ਠੀਕ ਹੈ।